ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬਠਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਦੇ ਕਰਜ਼ੇ ਦੇ ਬੋਝ ਹੇਠ ਦੱਬੇ ਕਿਸਾਨਾਂ ਨੂੰ ਖੁਦਕੁਸ਼ੀ ਨਾ ਕਰਨ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਕਿਸਾਨਾਂ ਦੀਆਂ ਮੁਸ਼ਕਲਾਂ ਪ੍ਰਤੀ ਧਿਆਨ ਦੇ ਰਹੀ ਹੈ। ਉਹਨਾਂ ਪੰਜਾਬ ਵਿੱਚ ਰੇਤ ਬਜਰੀ ਦੇ ਮਾਮਲੇ ਤੇ ਕਿਹਾ ਕਿ ਪੰਜਾਬ ਸਰਕਾਰ ਨੇ ਖਦਾਨਾਂ ਦੀ ਬੋਲੀ ਸੁਚੱਜੇ ਢੰਗ ਨਾਲ ਕਰਵਾ ਕੇ ਸਰਕਾਰ ਦੇ ਖਜ਼ਾਨੇ ਵਿੱਚ 1000 ਕਰੋੜ ਰੁਪਏ ਪਾਏ ਨੇ। ਕਿਸਾਨਾਂ ਨੂੰ ਅਪੀਲ ਕਰੂੰਗਾ ਕਿ ਇਹ ਜਿਹੜਾ ਸੁਸਾਈਡ ਕਰਨਾ ਹੈ, ਇਹ ਇਸ ਤੋਂ ਤੁਸੀਂ ਗੁਰੇਜ਼ ਕਰਿਆ ਜੇ ਕੈਪਟਨ ਸਾਹਿਬ ਦੀ ਸਰਕਾਰ ਜਿਹੜੀ ਹੈ ਉਹ ਸੰਜੀਦਾ ਹੈ, ਕੋਈ ਨਾ ਕੋਈ ਹੱਲ ਜਿਹੜਾ ਹੈ ਉਹ ਤਲਾਸ਼ ਕਰ ਰਹੇ ਹੈ। ਸੁਸਾਈਡ ਨਾਲ ਕੋਈ ਮਕਸਦ ਹੱਲ ਨਹੀਂ ਹੋਣਾ। ਜੋ ਪੰਜਾਬ ਸਰਕਾਰ ਦੀ ਹੈਸੀਅਤ ਹੈ ਔਰ ਜੋ ਪੰਜਾਬ ਸਰਕਾਰ ਦੀ ਔਕਾਤ ਹੈ, ਅਸੀਂ ਪੰਜਾਬ ਦੇ ਕਿਸਾਨ ਨੂੰ ਪੈਰਾਂ 'ਤੇ ਖੜ੍ਹਾ ਕਰਾਂਗੇ ਔਰ ਪੰਜਾਬ ਦਾ ਕਿਸਾਨ ਜਿਹੜਾ ਆਪਣੇ ਪੈਰਾਂ 'ਤੇ ਤੁਰੂਗਾ। ਔਰ ਇਹ ਜਿਹੜਾ ਐਕਸਟ੍ਰੀਮ ਕਦਮ ਹੈ, ਇਹ ਕਿਸਾਨ ਮੇਰੇ ਭਰਾ ਨਾਲ ਹੈ।